ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸੈਣੀ। ਸਾਡੇ ਨਾਲ ਜਿਹੜੇ ਹੈਗੇ ਆ ਬਲਵਿੰਦਰ ਵਿੱਕੀ ਜੀ ਹੈਗੇ ਜੋ ਸੀਨੀਅਰ ਰਿਪੋਰਟਰ ਹੈਗੇ ਜੀਰਕਪੁਰ ਤੋਂ। ਆਪਾਂ ਅੱਜ ਗੱਲ ਕਰਨ ਨੂੰ ਇੱਥੇ ਇਕੱਠੇ ਹੋਏ ਹਾਂ ਜੋ ਪੰਜਾਬ ਦੇ ਸਮੀਕਰਨ ਪਿਛਲੇ 2 ਦਿਨਾਂ ਤੋਂ ਚੱਲ ਰਹੇ ਸੀਗੇ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੋ ਚੁੱਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਕੱਲ੍ਹ ਨੂੰ ਅਸਤੀਫਾ ਦਿੱਤਾ ਸੀਗਾ। ਉਸ ਤੋਂ ਬਾਅਦ ਜਿਹੜੀ 2 ਦਿਨ ਦੀ ਜਿਹੜੀ ਹਲਚਲ ਚੱਲੀ, ਆਪਣੇ ਸਿਆਸੀ ਸਰਗਰਮੀਆਂ ਹੋਈਆਂ ਜਿਹੜੀਆਂ ਹੈਗੀਆਂ, ਉਹ ਬਹੁਤ ਹੀ ਨਾਟਕੀ ਢੰਗ ਨਾਲ ਚੱਲੀਆਂ ਹੈਗੀਆਂ, ਬਹੁਤ ਹੀ ਉਲਤ ਪੁਲਤ ਜਿਹਨੂੰ ਕਿਹਾ ਜਾਂਦਾ ਹੋਈ ਹੈਗੀ ਆ। ਅੱਜ ਸਵੇਰ ਦਾ 4 ਨਾਮ ਦੇ ਉੱਤੇ ਚਰਚਾ ਹੋ ਰਹੀ ਸੀ, ਸੁਨੀਲ ਜਾਖੜ, ਅੰਬਿਕਾ ਸੋਨੀ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ ਤੋਂ ਇਲਾਵਾ ਬਾਜਵਾ, ਪ੍ਰਤਾਪ ਸਿੰਘ ਬਾਜਵਾ ਸੰਬੰਧੀ ਜਿਹੜੀਆਂ ਹੋਈਆਂ ਸੀਗੀਆਂ। ਉਹਨਾਂ ਦੀ ਜਿਹੜੀ ਹਲਚਲ ਸੀਗੀ, ਹੁਣ ਥੋੜ੍ਹਾ ਜਿਹਾ ਆਰਾਮ ਲੱਗਾ ਹੈਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੇ ਹੈਗੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈਗੇ ਆ, ਉਹਨਾਂ ਦੇ ਮੁੱਖ ਮੰਤਰੀ ਬਣਨ 'ਤੇ ਜਿਹੜੀ ਹੈਗੀ ਹਾਈਕਮਾਂਡ ਨੇ ਜਿਹੜੀ ਮੋਹਰ ਲਗਾ ਦਿੱਤੀ ਹੈਗੀ ਆ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੁਣ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੋਣਗੇ। ਸੁਖਜਿੰਦਰ ਸਿੰਘ ਰੰਧਾਵਾ ਜੋ ਹੈਗੇ ਆ ਗੁਰਦਾਸਪੁਰ ਨੂੰ ਬਿਲੋਂਗ ਕਰਦੇ, ਆਪਾਂ ਦੱਸਣਾ ਚਾਹੁੰਦੇ ਹਾਂ ਕਿ ਉਹਨਾਂ ਦਾ ਜਨਮ ਜਿਹੜਾ ਹੈਗਾ 1959 ਈਸਵੀ ਦੇ ਵਿੱਚ ਹੋਇਆ ਸੀਗਾ, ਔਰ 2002 ਦੇ ਵਿੱਚ ਜਿਹੜੇ ਹੈਗੇ ਉਹ ਪਹਿਲੀ ਵਾਰੀ ਜਿਹੜੇ ਉੱਥੋਂ ਫਤਿਹਗੜ੍ਹ ਟੂੜੀਆਂ ਤੋਂ ਚੋਣ ਲੜੀ ਸੀ ਉਹਨਾਂ ਨੇ, ਔਰ ਉੱਥੋਂ ਜਿੱਤੇ ਸੀਗੇ ਬਤੌਰ ਕਾਂਗਰਸੀ ਵਿਧਾਇਕ। ਉਸ ਤੋਂ ਇਲਾਵਾ ਜਿਹੜੇ 2012 ਅਤੇ 2017 ਵਿੱਚ ਫਤਿਹਗੜ੍ਹ ਡੇਰਾ ਬਾਬਾ ਨਾਨਕ ਕੌਂਸਟੀਚੁਐਂਸੀ ਜਿਹੜੀ ਹੈਗੀ ਉੱਥੋਂ ਚੋਣ ਲੜ ਕੇ ਜਿਹੜੇ ਆ ਇਹ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਹੈਗੇ ਆ ਵਿਧਾਇਕ ਬਣ ਕੇ ਆਏ ਸੀਗੇ। 2017 ਦੇ ਇਲੈਕਸ਼ਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਹੈਗਾ ਪੰਜਾਬ ਦੇ ਜਿਹੜੇ ਜੇਲ੍ਹ ਮੰਤਰੀ ਲਗਾਇਆ ਗਿਆ ਸੀਗਾ, ਹੁਣ ਬਤੌਰ ਮਿਨਿਸਟਰ ਜਿਹੜਾ ਜੇਲ੍ਹ ਮੰਤਰੀ ਜਿਹੜੇ ਹੈਗੇ ਸੀ ਸੇਵਾ ਨਿਭਾ ਰਹੇ ਸੀਗੇ। ਔਰ ਇਹਨਾਂ ਦੇ ਜੋ ਫਾਦਰ ਸਾਹਿਬ ਹੈਗੇ ਸੰਤੋਖ ਸਿੰਘ ਰੰਧਾਵਾ, ਉਹਨਾਂ ਦਾ ਵੀ ਬਹੁਤ ਤਗੜਾ ਜਿਹੜਾ ਰੋਲ ਹੈ ਗੁਰਦਾਸਪੁਰ ਦੀ, ਜੋ ਬਹੁਤ ਤਗੜੀ ਪਕੜ ਲਾਈ ਸੀ। ਉਹ ਜਿਹੜੇ 2 ਵਾਰੀ ਜਿਹੜੇ ਪੰਜਾਬ ਦੇ ਜਿਹੜੇ ਹੈਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ 2 ਵਾਰੀ ਪ੍ਰਧਾਨ ਰਹਿ ਚੁੱਕੇ ਆ, ਔਰ ਗੁਰਦਾਸਪੁਰ ਏਰੀਏ ਦੇ ਵਿੱਚ ਕਿਹਾ ਜਾ ਸਕਦਾ ਕਿ ਰੰਧਾਵਾ ਪਰਿਵਾਰ ਦੀ ਜਿਹੜੀ ਹੈਗੀ ਆ ਕਾਫੀ ਅੱਛੀ ਪਕੜ ਹੈਗੀ ਉਸ ਏਰੀਏ ਦੇ ਵਿੱਚ ਹੈਗੀ ਜਿਹੜੀ ਆ। ਇਹਨਾਂ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਬਣਨ ਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਮਜੀਠੀਆ ਪਰਿਵਾਰ ਨੂੰ ਵੀ ਥੋੜ੍ਹਾ ਬਹੁਤ ਧੱਕਾ ਲੱਗਣ ਦੇ ਜਿਹੜੇ ਚਾਂਸ ਹੈਗੇ ਆ। ਆਪਾਂ ਹੁਣ ਗੱਲ ਕਰਦੇ ਹਾਂ ਇਸ ਤੋਂ ਅੱਗੇ ਜਾ ਕੇ, ਆਪਾਂ ਗੱਲ ਕਰਦੇ ਡੇਰਾ ਬੱਸੀ ਹਲਕੇ ਦੀ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈਗੇ ਆ ਉਹ ਉਹਨਾਂ ਦੇ ਜਿਹੜੇ ਹੈਗੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਿਹੜਾ ਡੇਰਾ ਬੱਸੀ ਹਲਕੇ ਦਾ ਜਿਹੜਾ ਹੈਗਾ ਕੀ ਫਰਕ ਪਵੇਗਾ ਆਪਾਂ ਗੱਲ ਕਰਦੇ? ਵਿੱਕੀ ਜੀ ਕੀ ਸਮਝਦੇ ਕਿ ਆਪਣੇ ਜਿਹੜੇ ਇੱਥੇ ਸਮੀਕਰਨ ਕਿਸ ਤਰ੍ਹਾਂ ਚੇਂਜ ਹੋ ਸਕਦੇ? ਸਭ ਤੋਂ ਪਹਿਲਾਂ ਤਾਂ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ। ਜਿਹੜੀ ਜ਼ੀਰਕਪੁਰ ਦੀ ਆਪਣਾ ਹਲਕਾ ਡੇਰਾ ਬੱਸੀ ਦੀ ਸਿਆਸਤ ਆ ਇਸ ਟਾਈਮ, ਉਹ ਮੁੱਖ ਮੰਤਰੀ ਜਿਹੜੇ ਆਪਣੇ ਪੰਜਾਬ ਉਹਨਾਂ ਦੇ ਬਦਲਣ ਨਾਲ ਕਾਫੀ ਉਤਲ ਪੁਤਲ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਬਣਦਾ ਕਿ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਆ ਉਹਨਾਂ ਦੀ ਨੇੜਤਾ ਕਿਹਨਾਂ ਨਾਲ ਸੀ, ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਜਾਂ ਫਿਰ ਸਿੱਧੂ ਨਾਲ ਸੀ? ਕਿਉਂਕਿ ਹੁਣ ਪੰਜਾਬ 'ਚ 2 ਧੜੇ ਕੰਮ ਕਰ ਰਹੇ ਹਾਂ, ਸਿੱਧੂ ਧੜਾ ਅਤੇ ਕੈਪਟਨ ਧੜਾ। ਹੁਣ ਜੇਕਰ ਸਿੱਧੂ ਧੜੇ ਦੇ ਨਾਲ ਬਿਲੋਂਗ ਕਰਦੇ ਆ ਉਹ, ਤਾਂ ਉਹ ਤਰਜੀਹ ਜਿਹੜੀ ਆ ਆਪਣੇ ਹਲਕੇ 'ਚ ਵੀ ਸਿੱਧੂ ਧੜੇ ਦੇ ਬੰਦੇ ਨੂੰ ਦਿੱਤੀ ਜਾਊਗੀ, ਜਿਹੜਾ ਕਿ ਫਿਲਹਾਲ ਆਪਣੇ ਪਤਾ ਨਹੀਂ ਲੱਗ ਰਿਹਾ ਕਿ ਕੌਣ ਸਿੱਧੂ ਧੜੇ ਦਾ ਇਸ ਟਾਈਮ ਆਉਂਦਾ ਹੈ। ਠੀਕ ਹੈ ਜੀ। ਅਤੇ ਜੇਕਰ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਆ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਵਧੀਆ ਆ, ਫਿਰ ਉਹ ਉਹਨਾਂ ਦੇ ਧੜੇ ਨੇ। ਇੱਥੇ ਮੈਂ ਤੁਹਾਡੀ ਗੱਲ ਛੋਟੀ ਜਿਹੀ ਟੋਕ ਦਿੰਦਾ, ਇਹ ਜਿਹੜੇ ਹੈਗੇ ਸੁਖਜਿੰਦਰ ਸਿੰਘ ਰੰਧਾਵਾ ਕਿਤੇ ਨਾ ਕਿਤੇ ਜਿਹੜੇ ਹੈਗੇ ਨਵਜੋਤ ਸਿੰਘ ਸਿੱਧੂ ਦੇ ਧੜੇ ਨੂੰ ਬਿਲੋਂਗ ਕਰਦੇ ਹੈਗੇ। ਅੱਜ ਵੀ ਜੋ ਮੁੱਖ ਮੰਤਰੀ ਬਣਨ ਦੇ ਵਿੱਚ ਕੁਛ ਨਾ ਕੁਛ ਜਿਹੜੀ ਭੂਮਿਕਾ ਹੈਗੀ ਨਵਜੋਤ ਸਿੰਘ ਸਿੱਧੂ ਵੱਲੋਂ ਨਿਭਾਈ ਗਈ ਹੈਗੀ ਆ। ਇਸ ਨੂੰ ਆਪਾਂ ਮੁੱਖ ਰੱਖੀਏ ਤਾਂ ਜਿਹੜਾ ਆਪਣਾ ਸਿੱਧੀ ਗੱਲ ਕਰਦੇ ਆਪਾਂ ਹਲਕਾ ਇੰਚਾਰਜ ਜਿਹੜੇ ਦੀਪਿੰਦਰ ਸਿੰਘ ਢਿੱਲੋਂ ਦੇ ਫਿਊਚਰ ਬਾਰੇ ਗੱਲ ਕਰਦੇ ਕਿ ਉਹਨਾਂ ਦਾ ਕੀ ਕਾਂਗਰਸ ਵਿੱਚ ਫਿਊਚਰ ਤੁਸੀਂ ਸਿਕਿਓਰ ਮੰਨਦੇ ਹੋ ਕਿ ਨਹੀਂ ਮੰਨਦੇ ਹੋ? ਸੈਣੀ ਸਾਹਿਬ ਮੈਂ ਉਹੀ ਦੱਸ ਰਿਹਾ ਜੀ, ਜਦ ਤੱਕ ਉਹ ਮੁੱਖ ਮੰਤਰੀ ਨਹੀਂ ਬਣੇ ਸੀ, ਜਦ ਤੱਕ ਉਹ ਸਿੱਧੂ ਧੜੇ ਨਾਲ ਬਿਲੋਂਗ ਕਰਦੇ ਸੀ, ਕਿਉਂਕਿ ਹਰੇਕ ਬੰਦੇ ਦੀ ਕੁਛ ਨਾ ਕੁਛ ਮਨਸਾ ਹੁੰਦੀ ਹੈ। ਹੁਣ ਜਦ ਉਹ ਮੁੱਖ ਮੰਤਰੀ ਬਣ ਜਾਂਦੇ ਆ, ਹਾਈ ਕਮਾਂਡ ਤੋਂ ਉਹਨਾਂ ਨੂੰ ਜਿਹੜੀ ਵੀ ਕਮਾਂਡ ਆਊਗੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅੱਜ ਦੇ ਹੈ ਨਹੀਂ, ਬਹੁਤ ਪੁਰਾਣੇ ਕਾਂਗਰਸੀਆਂ, ਉਹਨਾਂ ਨੂੰ ਵੀ ਕੁਛ ਨਾ ਕੁਛ ਦੇਖਿਆ ਹੋਣਾ ਜਿਹੜੀ ਕਾਂਗਰਸ ਨਹੀਂ ਛੱਡੀ ਉਹਨਾਂ ਨੇ ਹਾਲੇ ਤੱਕ, ਨਹੀਂ ਤਾਂ ਅਦਰਵਾਈਜ਼ ਉਹ ਕੱਲ੍ਹ ਕਾਂਗਰਸ ਛੱਡ ਜਾਂਦੇ। ਉਹ ਕਾਂਗਰਸ 'ਚ ਬੈਠੇ ਆ, ਇਸ ਦਾ ਮਤਲਬ ਉਹਨਾਂ ਨੂੰ ਵੀ ਕੁਛ ਨਾ ਕੁਛ ਹਾਈਕਮਾਂਡ ਨਾਲ ਗੱਲ ਹੋਈ ਆ। ਅਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਸ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸਿੱਧੂ ਦੀ ਮੰਨਣਗੇ, ਹਾਈਕਮਾਂਡ ਵੇਖੂਗੀ ਕੀ ਗੱਲ। ਬਾਕੀ ਰਹੀ ਆਪਣੇ ਹਲਕੇ ਦੀ ਗੱਲ, ਹਲਕੇ 'ਚ ਜੇਕਰ ਟਿਕਟ ਮਿਲਦੀ ਆ ਆਪਣਾ ਦਵਿੰਦਰ ਸਿੰਘ ਢਿੱਲੋਂ, ਤਾਂ ਉਹ ਟੱਕਰ ਦੇ ਸਕਦੇ ਆ ਆਪਣੇ ਐਮ ਕੇ ਸ਼ਰਮਾ ਨੂੰ, ਕਿਉਂਕਿ ਉਹਨਾਂ ਤਿੰਨੋਂ ਜਿਹੜੇ ਆਪਣੇ ਕੌਂਸਲ ਆ ਉਹਨਾਂ 'ਤੇ ਕਾਂਗਰਸ ਦਾ ਕਬਜ਼ਾ ਆ, ਅਤੇ ਬਹੁਤ ਹੀ ਚੰਗੀ ਤਰ੍ਹਾਂ ਇਸ ਵਾਰ ਜਿਹੜੀ ਕਾਂਗਰਸ ਕਹਿ ਸਕਦੇ ਢਿੱਲੋਂ ਦੇ ਧੜੇ ਦਾ ਕਹਿ ਸਕਦੇ ਤਾਂ ਮੇਨ ਤਾਂ ਜਿਹੜੀ ਗੱਲ ਆ ਜੀ ਉਹ
ਕਾਂਗਰਸ ਦੇ ਨਾਲ ਦਰਪਿੰਦਰ ਢਿੱਲੋਂ ਦੀ ਆਪਣੀ ਜਿਹੜੀ ਵੋਟ ਆ ਜਿਹੜੀ ਇਹ ਵੋਟ ਆ ਨਾ ਇਹ ਆਪਣੀ ਵੋਟ ਆ ਉਹਨਾਂ ਦੀ ਕਿਉਂਕਿ ਜਦ ਆਜ਼ਾਦ ਚੋਣਾਂ ਵੀ ਢਿੱਲੋਂ ਲੜੇ ਸੀਗੇ ਦਰਪਿੰਦਰ ਢਿੱਲੋਂ ਲੜੇ ਸੀਗੇ ਤਾਂ ਉਹਨਾਂ ਦੀ ਵੋਟ ਮੂਵ ਹੋ ਗਈ ਸੀ ਉਹਨਾਂ ਦੇ ਨਾਲ ਨਾਲ ਵੋਟ ਮੂਵ ਹੋ ਗਈ ਸੀ ਜਿਹੜੀ ਕਾਂਗਰਸ ਦੀ ਆਪਣੀ ਪੱਕੀ ਵੋਟ ਆ ਉਹ ਥੋੜੀ ਬਹੁਤ ਇੱਧਰ ਉੱਧਰ ਹੁੰਦੀ ਆ ਬਟ ਜਿਹੜੀ ਬਾਕੀ ਵੋਟ ਆ ਉਹ ਢਿੱਲੋਂ ਦੇ ਨਾਲ ਹੀ ਮੂਵ ਹੁੰਦੀ ਆ ਚਾਹੇ ਉਹਨਾਂ ਦੇ ਕੌਂਸਲਰ ਲਾ ਲਓ ਉਹ ਵੀ ਜਿੱਦਾਂ ਐਨ ਕੇ ਸ਼ਰਮਾ ਲਾ ਲਓ ਹਨ ਐਨ ਕੇ ਸ਼ਰਮਾ ਦੇ ਜਿਹੜੇ ਕੌਂਸਲਰ ਆ ਉਹ ਮੈਂ ਨਹੀਂ ਕਹਿੰਦਾ ਅਕਾਲੀ ਦਲ ਦੇ ਕੌਂਸਲਰ ਉਹ ਐਨ ਕੇ ਸ਼ਰਮਾ ਦੇ ਕੌਂਸਲਰ ਆ ਉਹ ਐਨ ਕੇ ਸ਼ਰਮਾ ਦੇ ਨਾਲ ਹੀ ਮੂਵ ਹੁੰਦੇ ਆ ਐਨ ਕੇ ਸ਼ਰਮਾ ਦੇ ਨਾਲ ਹੀ ਵੋਟ ਵੀ ਮੂਵ ਹੁੰਦੇ ਆ ਇਸੇ ਤਰ੍ਹਾਂ ਦਰਪਿੰਦਰ ਢਿੱਲੋਂ ਦਾ ਵੀ ਆਪਣਾ ਇੱਕ ਵਜੂਦ ਦਾ ਹਲਕਾ ਡੇਰਾ ਵਿੱਚ ਜਿਹੜੇ ਉਹਨਾਂ ਦੇ ਕੌਂਸਲਰ ਆ ਉਹ ਦਰਪਿੰਦਰ ਢਿੱਲੋਂ ਦੇ ਕੌਂਸਲਰ ਆ ਕੇ ਕਾਂਗਰਸ ਪਾਰਟੀ ਦੇ ਕੌਂਸਲਰ ਆਪਾਂ ਗੱਲ ਕਰਦੇ ਹਾਂ ਢਿੱਲੋਂ ਸਾਹਿਬ ਦੀ ਇਹ ਮਹਾਰਾਣੀ ਦੇ ਕਰੀਬ ਕਾਫੀ ਕਲੋਜ ਮੰਨੇ ਜਾਂਦੇ ਆ ਜੇ ਬਾਈ ਚਾਂਸ ਆਪਣੇ ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਕਿਸੇ ਹੋਰ ਪਾਰਟੀ ਵਿੱਚ ਮੂਵ ਕਰਦੇ ਆ ਆਮ ਆਦਮੀ ਪਾਰਟੀ ਲਗਾ ਲਓ ਜਾਂ ਜ਼ਿਆਦਾ ਰੌਲਾ ਇਹਨਾਂ ਦਾ ਬੀਜੇਪੀ ਦਾ ਪੈ ਰਿਹਾ ਤਾਂ ਫਿਰ ਕੁਛ ਨਾ ਕੁਛ ਆਪਣੇ ਹਲਕੇ ਵਿੱਚ ਅਸਰ ਤਾਂ ਪਵੇਗਾ ਇਸ ਚੀਜ਼ ਦਾ ਕਿ ਟਿਕਟ ਬਣ ਜਾਵੇ ਹਾਂ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਬੀਜੇਪੀ ਦੀ ਗੱਲ ਬੀਜੇਪੀ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰਤਾ ਹੈ ਕੱਲ੍ਹ ਖਬਰ ਆਈ ਸੀਗੀ ਕਿ ਬੀਜੇਪੀ ਵੱਲੋਂ ਉਹਨਾਂ ਨੂੰ ਅਪਰੋਚ ਕੀਤੀ ਗਈ ਆ ਪਰ ਫਿਲਹਾਲ ਅੱਜ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਪਣੇ ਪੈਰਾਂ 'ਤੇ ਪੁਆੜੀ ਨਹੀਂ ਮੰਨਦੇ ਹਾਂ ਜੇਕਰ ਜਿਹੜੇ ਕੈਪਟਨ ਸਾਹਿਬ ਹੈ ਕਿਸਾਨਾਂ ਨੂੰ ਨਾਲ ਲੈ ਕੇ ਕੋਈ ਸਮਝੌਤਾ ਕਰਾ ਦਿੰਦੇ ਆ ਜਾਂ ਕਾਨੂੰਨ ਰੱਦ ਕਰਾ ਦਿੰਦੇ ਆ ਮੋਹਰੀ ਹੋ ਕੇ ਫਿਰ ਉਹ ਬੀਜੇਪੀ ਜਾਂ ਫਿਰ ਸਮੀਕਰਨ ਸਾਰੇ ਪੰਜਾਬ ਦੇ ਵੱਲੋਂ ਇਹ ਤੇ ਬਹੁਤ ਸਾਰੀ ਗੱਲ ਕੀਤੀ ਇਹ ਚੀਜ਼ ਦੀ ਅਫਵਾਹ ਫੈਲ ਰਹੀ ਆ ਕਿ ਜਿਹੜੇ ਹੈਗੇ ਆ ਕੈਪਟਨ ਸਾਹਿਬ ਤਿੰਨੇ ਕਾਲੇ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਕਰਾ ਲਓ ਜਾਂ ਕੈਂਸਲ ਕਰਾ ਕੇ ਬੀਜੇਪੀ 'ਚ ਆ ਕੇ ਇੱਥੇ ਜਿਹੜਾ ਹੈਗਾ ਬੀਜੇਪੀ ਦਾ ਆਧਾਰ ਬਣਾਉਣ ਦਾ ਇੱਕ ਜਿਹੜਾ ਇਹ ਵੀ ਇੱਕ ਕਿਹਾ ਜਾ ਰਿਹਾ ਕਿ ਇੱਕ ਮੁਹਿੰਮ ਚੱਲ ਰਹੀ ਹੈ ਸਾਜਿਸ਼ ਵੀ ਕਿਹਾ ਜਾ ਸਕਦਾ ਚੱਲ ਰਹੀ ਹੈ ਕਿ ਸੈਂਟਰ ਸਰਕਾਰ ਦੀ ਇਹ ਵੀ ਕੋਈ ਤਰ੍ਹਾਂ ਕਿਤੇ ਗੱਲ ਸਾਹਮਣੇ ਆਈ ਆ ਪਰ ਆਪਾਂ ਇਹ ਗੱਲ ਕਰੀਏ ਕਿ ਜੇ ਦੀਪਿੰਦਰ ਸਿੰਘ ਢਿੱਲੋਂ ਦੀ ਗੱਲ ਕਰੀਏ ਜੇ ਆਮ ਆਦਮੀ ਪਾਰਟੀ ਜਾਂਦੇ ਤਾਂ ਵੀ ਉਹਨਾਂ ਦਾ ਕਿਤੇ ਨਾ ਕਿਤੇ ਇਸ ਤੇ ਜਿੱਤਣ ਦੇ ਚਾਂਸ ਹੈਗੇ ਕੁਛ ਜੇ ਗੱਲ ਕਰੀਏ ਤਾਂ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਫਿਲਹਾਲ ਇੱਥੇ 3-4 ਕੈਂਡੀਡੇਟ ਆ ਜਿਹੜੇ ਉਹ ਆਪਣੇ ਆਪ ਨੂੰ MLA ਕੈਂਡੀਡੇਟ ਸ਼ੋ ਕਰ ਰਹੇ ਹਨ ਜਦ ਤੱਕ ਹਾਲਾਂਕਿ ਮਿਹਨਤ ਵੀ ਕਰ ਰਹੇ ਹਨ ਸਾਰੇ ਤੁਸੀਂ ਸੈਣੀ ਸਾਹਿਬ ਲਾ ਲਓ ਜਾਂ ਆਪਣੇ ਰੰਧਾਵਾ ਜੀ ਲਾ ਲਓ ਸੁਨੀਤੀ ਸ਼ਰਮਾ ਲਾ ਮਿਹਨਤ ਕਰ ਰਹੇ ਹਾਂ ਜਿਹੜੇ ਆਪਣੇ ਸਿਰਪੁਰੋਂ ਮਿਹਨਤ ਕਰ ਰਹੇ ਹਨ ਅਤੇ ਇੱਕ ਤਾਂ ਆਮ ਆਦਮੀ ਪਾਰਟੀ ਦਾ ਵੀ ਕਿਤੇ ਨਾ ਕਿਤੇ ਨਾਮ ਬਚਣ ਲੱਗ ਗਿਆ ਗਿਆ ਹੈ ਹਲਕੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਅੱਖੋਂ ਪਰੋਕੇ ਨਹੀਂ ਕਰਿਆ ਜਾ ਸਕਦਾ ਆਮ ਆਦਮੀ ਪਾਰਟੀ ਬਟ ਹਾਲੇ ਤੱਕ ਉਹ ਜਿੱਤ ਦੀ ਸਥਿਤੀ ਕਿਉਂਕਿ ਇਹਨਾਂ 'ਚ ਵੀ ਆਪਸੀ ਖਿੱਚੋ ਤਾਂ ਹੈ ਆਪਸ ਜਿੱਦਾਂ ਕਾਂਗਰਸ ਪਾਰਟੀ ਪਹਿਲਾਂ ਹਾਰਦੀ ਆਈ ਆ ਕਾਂਗਰਸ ਪਾਰਟੀ ਆਪਣੀ ਹਾਰੀ ਹੈ ਹਮੇਸ਼ਾ ਆਪਣੀ ਧੜੇਬੰਦੀ ਕਰਕੇ ਫੁੱਟਬਾਜ਼ੀ ਕਰਕੇ ਤੁਸੀਂ ਇਤਿਹਾਸ ਪਿਛਲਾ ਦੇਖ ਲਓ ਉਹ ਆਪਣੀ ਫੁੱਟਬਾਜ਼ੀ ਕਰਕੇ ਇਸ ਵਾਰੀ ਜਿਹੜਾ ਹੈਗਾ ਤੁਸੀਂ ਜਿੱਦਾਂ ਗੱਲ ਕਹੀ ਸੀਗੀ ਕਿ ਦੀਪਿੰਦਰ ਸਿੰਘ ਢਿੱਲੋਂ ਹੀ ਹੈਗੇ ਆ ਜਿਹੜੇ ਐਨ ਕੇ ਸ਼ਰਮਾ ਨੂੰ ਚੈਲੰਜ ਕਰ ਸਕਦੇ ਜਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹਨਾਂ ਨੂੰ ਹਰਾਉਣ ਦੇ ਵਿੱਚ ਜਿਹੜੀ ਅਹਿਮ ਭੂਮਿਕਾ ਜਿਹੜੀ ਹੈਗੀ ਆ ਉਹ ਸਿਰਫ ਦੀਪਿੰਦਰ ਸਿੰਘ ਢਿੱਲੋਂ ਹੀ ਕਰ ਸਕਦੇ ਚਾਹੇ ਕਾਂਗਰਸ 'ਚੋਂ ਲੜਨ ਚਾਹੇ ਕਿਸੇ ਹੋਰ ਪਾਰਟੀ 'ਚੋਂ ਲੜਨ ਉਹ ਉਹਨਾਂ ਦਾ ਇਸ ਹਲਕੇ 'ਚ ਆਧਾਰ ਬਣਿਆ ਹੋਇਆ ਹੈਗਾ ਤੁਸੀਂ ਇਹ ਕਹਿ ਰਹੇ ਹੋ ਕਾਂਗਰਸ ਪਾਰਟੀ ਜੇ ਉਹ ਲੜਦੇ ਆ ਫਿਰ ਉਹ 100% ਟੱਕਰ ਦੇਣਗੇ ਜੇਕਰ ਉਹ ਭਾਜਪਾ 'ਚ ਜਾਂਦੇ ਆ ਭਾਜਪਾ ਤਾਂ ਜ਼ੀਰਪੁਰ 'ਚ ਆਧਾਰ ਹੈਗਾ ਹੈ ਜਿੱਦਾਂ ਤੁਸੀਂ ਪਹਿਲਾਂ ਵੀ ਦੇਖਿਆ ਵੋਟਾਂ 'ਚ ਵੀ ਜਿਹੜੀ ਉਹਨਾਂ ਦੀ ਗੁਪਤ ਵੋਟ ਹੈਗੀ ਉਹ ਭੁਗਤਦੀ ਆ ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਥੋੜ੍ਹਾ ਜਿਹਾ ਨੀਵੇਂ ਹੋ ਜਾਣਗੇ ਆਮ ਆਦਮੀ ਪਾਰਟੀ 'ਚ ਜਾਂਦੇ ਉੱਧਰ ਵੀ ਧੜੇਬੰਦੀ ਇੱਧਰ ਤਾਂ ਜਿਹੜੀ ਕਾਂਗਰਸ ਪਾਰਟੀ ਹੈ ਉੱਧਰ ਤਾਂ 1-2 ਬੰਦੇ ਹੀ ਹੈਗੇ ਆ ਜਿਹੜੇ ਉਹਨਾਂ ਨੂੰ ਕਾਟ ਕੱਟਣਗੇ ਪਰ ਜੋ ਆਮ ਆਦਮੀ ਪਾਰਟੀ 'ਚ ਜਾਂਦੇ ਆ ਉਹ ਜਿਹੜੇ ਪੁਰਾਣੇ ਵਰਕਰ ਕੰਮ ਕਰ ਰਹੇ ਆ ਪੁਰਾਣੇ ਲੀਡਰ ਕੰਮ ਕਰ ਰਹੇ ਉਹ ਕਿਤੇ ਨਾ ਕਿਤੇ ਇਹਨਾਂ ਦੀ ਜ਼ਰੂਰ ਕਾਟ ਕਰਨਗੇ ਇਸ ਕਰਕੇ ਉਹਨਾਂ ਦਾ ਜਿੱਤਣਾ ਔਖਾ ਹੋ ਕਿਉਂਕਿ ਇਸ ਵਾਰੀ ਜਿੱਦਾਂ ਹੈਗਾ ਅਕਾਲੀ ਦਲ ਦਾ ਜਿਹੜਾ ਸਮਝੌਤਾ ਹੈਗਾ ਉਹਦੇ ਨਾਲ ਬੀਜੇਪੀ ਨਾਲ ਟੁੱਟਣ ਕਾਰਨ ਜਿਹੜੇ MC ਇਲੈਕਸ਼ਨਾਂ ਵੀ ਹਾਰੀ ਅਕਾਲੀ ਦਲ ਆਪਾਂ ਦੇਖਿਆ ਤੁਸੀਂ ਆਪਾਂ ਇਕੱਠੇ ਦੇਖਿਆ ਸੀਗਾ ਔਰ ਇਸ ਚੀਜ਼ ਦਾ ਜਿਹੜਾ ਬੀਜੇਪੀ ਔਰ ਅਕਾਲੀ ਦਲ ਅਲਾਇੰਸ ਜਿਹੜਾ ਟੁੱਟਾ ਹੈ ਨਾ ਨੁਕਸਾਨਾਂ ਨੂੰ ਐਨ ਕੇ ਸ਼ਰਮਾ ਨੂੰ ਜਿਹੜਾ ਹੈਗਾ ਵਿਧਾਇਕ ਦੀ ਜਿਹੜੀ MLA ਚੋਣਾਂ ਵਿੱਚ ਵੀ ਭੁਗਤਣਾ ਪੈ ਸਕਦਾ ਹਾਂ ਭੁਗਤਣਾ ਪੈ ਸਕਦਾ ਕੁਛ ਜਿਹੜਾ ਇਹਨਾਂ ਨੇ BSP ਨਾਲ ਆਈ ਆ ਉਹਨਾਂ ਨਾਲ ਉਹਨਾਂ ਦੀ ਵੀ ਪੱਕੀ ਵੋਟ ਆ ਬਹੁਤ ਜ਼ਿਆਦਾ ਨਹੀਂ ਮੈਂ ਤਿੰਨ ਜਾਂ ਪੈਂਤੀ ਸੋਚ ਜਿੰਨਾ ਵੀ ਹਿੰਦੀ ਵੀ ਆਖੀ ਆ ਉਹ ਵੋਟ ਪੱਕੀ ਆ ਉਹਨਾਂ ਦੀ ਪਰ ਇਸ ਟਾਈਮ BSP ਵੀ ਪੂਰੀ ਮਿਹਨਤ ਕਰ ਰਹੀ ਆ ਆਪਣੇ ਹਲਕੇ ਚ ਲਾਵਤ ਲਈ ਪੰਜਾਬ ਚ ਲਾ ਉਹਨਾਂ ਨੂੰ ਇੱਕ ਬੂਸਟ ਮਿਲ ਗਿਆ ਜਿੱਦਾਂ ਪਹਿਲਾਂ ਆਮ ਆਦਮੀ BSP ਹੈ ਜਿਹੜੀ ਪਹਿਲਾਂ ਮਿਹਨਤ ਨਹੀਂ ਕਰਦੇ ਤੁਸੀਂ ਦੇਖਿਆ ਹਲਕੇ 'ਚ ਦਿਖਦੇ ਨਹੀਂ ਸੀ ਜੁੜੇ ਪਰ ਜਿਸ ਦਿਨ ਤਾਂ ਇਹਨਾਂ ਨੂੰ ਸਮਝੌਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਨਾਲ ਇਹਨਾਂ ਨੂੰ ਇੱਕ ਬੂਸਟ ਮਿਲਿਆ ਇੱਕ ਐਨਰਜੀ ਮਿਲਦੀ ਆ ਅਤੇ ਉਹ ਵੀ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕਰ ਰਹੇ ਹਨ ਉਹਦੀ ਤੁਸੀਂ ਰੈਲੀਆਂ ਵੀ ਦੇਖਦੇ ਹੋ ਜਿਹੜੀ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਘਰੋਂ ਨਿਕਲਣੇ ਚਾਲੂ ਹੋ ਗਿਆ ਉਹ ਨਿਕਲਣੇ ਚਾਲੂ ਹੋ ਗਿਆ
ਤੇ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਦੀ 3500 ਜਾਂ 4000 ਵੋਟ ਜਿਹੜੀ ਉਹਨਾਂ ਨੇ ਦੱਬੀ ਪਈ ਸੀ ਵੋਟ ਉਹ ਵੀ ਉੱਪਰ ਆ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਪਹੁੰਚਾ ਸਕਦੀ ਹੈ ਤੇ ਜਿਹੜੀ ਕਿਤੇ ਨਾ ਕਿਤੇ ਬੀਜੇਪੀ ਦੀ ਘਾਟ ਹੈ ਉਹ ਪੂਰੀ ਕਰ ਸਕਦੀ ਹੈ। ਆਪਾਂ ਇਹ ਦੇਖਿਆ ਕਿ ਜੇ ਐਨ ਕੇ ਸ਼ਰਮਾ ਦੇ ਖਿਲਾਫ ਬਤੌਰ ਕਾਂਗਰਸੀ ਜਿਹੜੇ ਹੈਗੇ ਆ ਕੈਂਡੀਡੇਟ ਦੀਪਿੰਦਰ ਸਿੰਘ ਢਿੱਲੋਂ ਖੜੇ ਹੋਣਗੇ ਤੇ ਉਹਨਾਂ ਦੇ ਜਿੱਤਣ ਦੇ ਚਾਂਸ ਜਿਹੜੇ ਹੈਗੇ ਆ ਕਾਫੀ ਬਣਦੇ ਆ। ਹਾਂ ਬਣਦੇ, ਉਹ ਆਪਸ ਦੋਨੇ ਆਪਾਂ ਬਰਾਬਰ ਲੈ ਲਵਾਂਗੇ ਜੇ ਟਿਕਟ ਮਿਲਦੀ ਹੈ ਤਾਂ। ਹਾਂ ਨਹੀਂ ਤੇ ਫਿਰ ਇਹ ਜਾਨੀ ਕਿ ਜਿੱਤੀ ਤਾਂ ਟਿਕਟ ਜਿਹੜੀ ਹੈ ਸ਼ਰਮੇ ਦੀ ਝੋਲੇ ਵਿੱਚ ਪਾਉਣ ਵਾਲੀ ਗੱਲ ਹੋ ਜਾਏਗੀ। ਯੈਸ, ਜਿਸ ਤਰ੍ਹਾਂ ਪਹਿਲਾਂ ਹੋਇਆ, ਜਿੱਦਾਂ ਪਹਿਲਾਂ ਹੋਇਆ ਇਹਦੇ 'ਚ ਆਪਾਂ ਕਹਿ ਸਕਦੇ ਸ਼ਰਮਾ ਜੀ ਦੀ ਕਿਸਮਤ ਕਾਫੀ ਤੇਜ਼ ਹੈ। ਚਲੋ ਅਗਲੇ ਜੋ ਸਮੀਕਰਨ ਆਉਣਗੇ ਆਪਾਂ ਦੇਖਦੇ ਹਾਂ। ਆਪਾਂ ਫਿਲਹਾਲ ਜਿਹੜੀ ਵਿਚਾਰ ਚਰਚਾ ਅੱਜ ਜਿਹੜੀ ਕੀਤੀ ਹੈਗੀ ਹੈ ਤੁਹਾਨੂੰ ਕਿੱਦਾਂ ਲੱਗੀ ਆ, ਤੁਸੀਂ ਸਾਨੂੰ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ, ਫੋਨ ਕਰਕੇ ਦੱਸਿਓ, ਮੇਲ 'ਤੇ ਦੱਸਿਓ, ਇਹ ਨੀਚੇ ਨੰਬਰ ਦੇਵਾਂਗੇ ਆਪਾਂ। ਇਸ ਸੰਬੰਧੀ ਆਪਾਂ ਹੋਰ ਵੀ ਕੀ ਕਰ ਸਕਦੇ ਹਾਂ ਇਸ ਸੰਬੰਧੀ, ਸਾਨੂੰ ਆਪਣੇ ਜਿਹੜੇ ਹੈਗੇ ਤੁਸੀਂ ਵਿਚਾਰ ਜ਼ਰੂਰ ਦੱਸਿਓ। ਬਲਵਿੰਦਰ ਦੇ ਨਾਲ ਸੁਖਿੰਦਰ ਸੈਣੀ।